ਗੁਰਬਾਰਾ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਮ ਸੁੱਖਾ ਸਿੰਘ ਐਂਡ ਆਈ ਵੈਲਕਮ ਯੂ ਆਲ ਟੂ ਮਾਈ ਪੇਜ ਸਨ ਆਫ ਸੋਲਟਸ। ਸੋ ਟੂਡੇ ਵੀ ਆਰ ਗੋਇੰਗ ਟੂ ਟਾਕ ਅਬਾਊਟ ਦਾ ਪੰਜਾਬੀ ਤਲਵਾਰਸ ਐਂਡ ਹਾਊ ਟੂ ਆਈਡੈਂਟੀਫਾਈ ਆ ਸਵਾਰਡ। ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਇਹ ਵੀਡੀਓ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਮਿਕਸ 'ਚ ਚੱਲੇ, ਬਿਕੋਜ਼ ਉਹਦਾ ਰੀਜ਼ਨ ਇਹ ਹੈ ਕਿਉਂਕਿ ਸਾਡੇ ਨਾਲ ਕਾਫੀ ਸਾਡੇ ਭਾਈ ਜਿਹੜੇ ਨੇ ਕੁਝ ਇੰਟਰਨੈਸ਼ਨਲ ਵੀ ਨੇ ਜਿਨ੍ਹਾਂ ਨੂੰ ਪੰਜਾਬੀ ਹਲੇ ਬਹੁਤ ਸਹੀ ਤਰੀਕੇ ਨਾਲ ਨਹੀਂ ਆਉਂਦੀ, ਅਤੇ ਕੁਛ ਸਾਡੇ ਇੰਡੀਆ ਦੇ ਵਿੱਚੋਂ ਹੀ ਜਿਹੜੇ ਆਊਟਰ ਨੇ, ਮਤਲਬ ਜਿਨ੍ਹਾਂ ਨੂੰ ਹਿੰਦੀ ਵੀ ਆਉਂਦੀ ਆ ਜਾਂ ਹੈ ਨਾ ਉੱਦਾਂ ਅੰਗਰੇਜ਼ੀ ਭਾਸ਼ਾ ਆਉਂਦੀ ਆ, ਤਾਂ ਫਿਰ ਉਹਨਾਂ ਨੂੰ ਵੀ ਥੋੜ੍ਹਾ ਹੈਲਪਫੁਲ ਰਹੇ। ਅਤੇ ਅੱਜ ਦਾ ਜਿਹੜਾ ਮੁੱਦਾ ਆ ਆਪਾਂ ਉਹ ਗੱਲ ਕਰਨ ਲੱਗੇ ਹਾਂ ਬਈ ਇੱਕ ਤਲਵਾਰ ਦੀ ਪਛਾਣ ਕਿੱਦਾਂ ਹੁੰਦੀ ਵੀ ਉਹ ਕਿਹੜੀ ਰਿਆਸਤ ਦੇ ਵਿੱਚੋਂ ਦੀ ਆ, ਅਤੇ ਦੂਜੀ ਚੀਜ਼ ਬਈ ਹਾਂਜੀ ਤਲਵਾਰ ਪੰਜਾਬੀ ਤਲਵਾਰਾਂ ਜਿਹੜੀਆਂ ਆ ਉਹ ਕੀ ਚੀਜ਼ ਆ ਅਸਲ ਦੇ ਵਿੱਚ, ਕਿਉਂਕਿ ਅਸੀਂ ਬਹੁਤ ਸਾਰੀਆਂ ਤਲਵਾਰਾਂ ਸੁਣਦੇ ਹਾਂ ਕਿ ਸੂਰਜ ਵੰਸ਼ੀ ਆ, ਮੁਗਲੀਆ ਆ, ਚੰਦਰ ਵੰਸ਼ੀ ਆ ਜਾਂ ਸਿੰਧੀ ਆ, ਉੱਦਾਂ ਹੀ ਇੱਕ ਸਾਨੂੰ ਤਲਵਾਰ ਸੁਣਨ ਨੂੰ ਆਉਂਦੀ ਪੰਜਾਬੀ ਤਲਵਾਰ। ਠੀਕ ਆ, ਉਹ ਤਲਵਾਰ ਸਮਝਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਤਲਵਾਰ ਦੀ ਆਈਡੈਂਟੀਫਿਕੇਸ਼ਨ ਕਿਵੇਂ ਹੁੰਦੀ ਵੀ ਇਹ ਕਿਸ ਰਿਆਸਤ ਦੇ ਨਾਲ ਬਿਲੋਂਗ ਕਰਦੀ ਆ। ਹਰ ਚੀਜ਼ ਨੂੰ ਪਛਾਣਨ ਦੇ ਲਈ ਕੁਛ ਚਿੰਨ੍ਹ ਹੁੰਦੇ ਆ, ਉੱਦਾਂ ਹੀ ਉਸ ਚੀਜ਼ਾਂ ਨੇ ਜਦੋਂ ਲੋਕ ਰਿਆਸਤਾਂ ਨੇ ਤਲਵਾਰਾਂ ਬਣਾਈਆਂ ਉਹਨਾਂ ਨੇ ਆਪਣੀ ਆਪਣੀ ਕੋਈ ਕੋਈ ਪਹਿਚਾਣ ਰੱਖੀ ਸ਼ਸਤਰਾਂ ਦੇ ਵਿੱਚ, ਜਿਨ੍ਹਾਂ ਤੋਂ ਉਹਨਾਂ ਸ਼ਸਤਰਾਂ ਦੀ ਪਹਿਚਾਣ ਹੋ ਸਕੇ ਵੀ ਹਾਂਜੀ ਇਹ ਸਾਡੀ ਰਿਆਸਤ ਦੀ ਤਲਵਾਰ ਆ। ਠੀਕ ਆ ਜੀ, ਅਤੇ ਫਿਲਹਾਲ ਮੈਂ ਤੁਹਾਨੂੰ ਐਗਜ਼ਾਮਪਲਸ ਦਿਖਾਊਂਗਾ ਥੋੜ੍ਹੀਆਂ ਤਲਵਾਰਾਂ ਦੀ ਤਾਂ ਕਿ ਤੁਸੀਂ ਪਹਿਚਾਣ ਸਕੋ। ਜਿਵੇਂ ਕਿ ਸਭ ਤੋਂ ਪਹਿਲਾਂ ਮੈਂ ਦਿਖਾਊਂਗਾ ਸੂਰਜਵੰਸ਼ੀ। ਸੂਰਜਵੰਸ਼ੀ ਤਲਵਾਰ ਦੇ ਹਮੇਸ਼ਾ ਪਿੱਛੇ ਜਿਹੜੀ ਕੌਲੀ ਆ, ਇੱਥੇ ਜਿਹੜੇ ਫੁੱਲ ਹੁੰਦੇ ਨੇ ਫੁੱਲਾਂ ਦੇ ਡਿਜ਼ਾਈਨ ਤੋਂ ਹੀ ਮੋਸਟਲੀ ਪਛਾਣਿਆ ਜਾਂਦਾ ਕਿ ਕਿਹੜੀ ਰਿਆਸਤ ਦੀ ਜਿਹੜੀ ਆ ਇਹ ਤਲਵਾਰ ਹੈ। ਆਹ ਫੁੱਲ ਤੁਸੀਂ ਦੇਖ ਸਕਦੇ ਸੂਰਜ ਦੇ ਰੂਪ ਵਿੱਚ ਬਣੇ ਹੋਏ, ਜਿੰਨੇ ਵੀ ਸੂਰਜ ਦੇ ਰੂਪ ਵਿੱਚ ਬਣੇ ਹੋਏ ਫੁੱਲ ਦੇ ਜਿਹੜੇ ਸ਼ਸਤਰ ਹੁੰਦੇ ਨੇ ਉਹ ਸੂਰਜਵੰਸ਼ੀ ਤਲਵਾਰਾਂ ਹੁੰਦੀਆਂ। ਠੀਕ ਆ ਜੀ, ਇਹਨਾਂ ਨੂੰ ਮਤਲਬ ਸੂਰਜਵੰਸ਼ੀ ਜਿਹੜੇ ਛੱਤਰੀ ਸੀਗੇ ਉਹਨਾਂ ਦੀਆਂ ਰਿਆਸਤਾਂ ਦੇ ਵਿੱਚੋਂ ਜਿਹੜੀਆਂ ਤਲਵਾਰਾਂ ਆ ਸਾਹਮਣੇ ਆਈਆਂ ਆ। ਇਹ ਦਾਸ ਦੇ ਗਾਤਰੇ ਦੀ ਤਲਵਾਰ ਆ ਜਿਹੜੀ ਪਹਿਲਾਂ ਦਿਖਾਈ, ਉਹ ਵੀ ਦਾਸ ਦੇ ਖਜ਼ਾਨੇ ਦੀ ਤਲਵਾਰ, ਇਹ ਵੀ ਸੂਰਜਵੰਸ਼ੀ ਰਿਆਸਤ ਦੀ ਤਲਵਾਰ ਆ। ਇਹਦੀ ਬਣਤਰ ਦੇ ਆਧਾਰ 'ਤੇ ਜਿੰਨਾ ਕੁ ਮੈਂ ਸਟੱਡੀ ਕੀਤੀ ਆ, ਮੈਂ ਇੱਕ ਸ਼ਸਤਰ ਦੇਖਿਆ ਸੀ ਬਹੁਤ ਪਹਿਲਾਂ, ਉਹਦੇ 'ਚ ਨਾਲ ਤਾੜੀ ਅਟੈਚਡ ਸੀਗੀ। ਠੀਕ ਹੈ ਜੀ, ਜਿਹਨੂੰ ਆਪਾਂ ਡੀ ਗਾਰਡ ਕਹਿੰਦੇ ਹਾਂ ਮੋਰੇ ਇੰਗਲਿਸ਼ ਦੇ ਵਿੱਚ। ਸੋ ਇਫ ਯੂ ਵਾਂਟ ਟੂ ਆਈਡੈਂਟੀਫਾਈ ਅ ਸਵਾਰਡ ਯੂ ਨੀਡ ਟੂ ਸੀ ਦਾ ਬੋਟਮ ਆਫ ਦਾ, ਹੈ ਨਾ ਜਿਹੜਾ ਫੁੱਲ ਹੁੰਦਾ ਫਲਾਵਰ ਆਫ ਦਾ ਸਵਾਰਡ, ਫਰੋਮ ਦੇਅਰ ਯੂ ਕੈਨ ਹੈ ਨਾ ਆਈਡੈਂਟੀਫਾਈ ਅ ਸਵਾਰਡ ਦੈਟ ਟੂ ਵਿਚ ਰੀਜਨ ਇਟ ਬਿਲੋਂਗਸ। ਅਤੇ ਇਸ ਤਲਵਾਰ ਦੇ ਵਿੱਚ ਜਿਹੜੀ ਹੈਗੀ ਆ, ਹਾਂਜੀ ਮੈਂ ਦੱਸ ਰਿਹਾ ਸੀ ਵੀ ਤਾੜੀ ਲੱਗੀ ਸੀ, ਮੈਨੂੰ ਉਹ ਪਤਾ ਲੱਗਿਆ ਸੀ ਇੱਦਾਂ ਦੀ ਬਣਤਰ ਦੀ ਜਿਹੜੀ ਤਲਵਾਰ ਇਹ ਸੀਗੀ, ਇਹ ਹੈਦਰਾਬਾਦ ਦੇ ਇਲਾਕਿਆਂ ਵਾਲੇ ਪਾਸੇ ਜਾਂ ਹੋਰ ਜਿਹੜੇ ਇਲਾਕੇ ਸੀਗੇ ਉੱਧਰਲੇ ਇਲਾਕਿਆਂ ਦੇ ਸੂਰਜਵੰਸ਼ੀਆਂ ਦੇ ਉਹਨਾਂ ਵਿੱਚੋਂ ਸੀਗੀਆਂ, ਬਟ ਫਿਰ ਵੀ ਰਾਜਸਥਾਨ ਦੇ ਵਿੱਚੋਂ ਮੋਸਟਲੀ ਇਹਨਾਂ ਦੀ ਜਿਹੜੀ ਉਪਜ ਆ ਉਹ ਸੀਗੀਆਂ। ਫਿਰ ਇੱਕ ਆਉਂਦੀ ਆ ਚੰਦਰਵੰਸ਼ੀ ਸਵਾਰਡ, ਮੈਂ ਪਹਿਲਾਂ ਭਾਰਤ ਦੀਆਂ ਤੁਹਾਨੂੰ ਦਿਖਾ ਰਿਹਾ। ਚੰਦਰਵੰਸ਼ੀ ਦੇ ਵਿੱਚ ਕੀ ਹੁੰਦਾ ਆ, ਇਹਦਾ ਹੋ ਸਕਦਾ ਮੁੱਠਾ ਇਹਦਾ ਡਿਜ਼ਾਇਨ ਪੂਰਾ ਸੂਰਜਵੰਸ਼ੀ ਵਰਗਾ ਵੀ ਹੋਵੇ ਅਤੇ ਹੋਰ ਵੀ ਅਲੱਗ ਡਿਜ਼ਾਇਨ ਹੋ ਸਕਦਾ, ਛੋਟੇ ਮੁੱਠੇ ਦੀ ਵੀ ਹੋ ਸਕਦੀ, ਮੈਂ ਛੋਟੇ ਮੁੱਠੇ ਦੇ ਉੱਤੇ ਖੁਦਾਈ ਆ। ਅਤੇ ਇਹਦੇ ਜਿਹੜਾ ਕੌਲੀ ਜਿਹੜੀ ਹੁੰਦੀ ਜਿਹੜਾ ਫੁੱਲ ਹੁੰਦਾ ਨਾ ਉਹ ਹਮੇਸ਼ਾ ਗੋਲ ਹੋਏਗਾ, ਗੋਲ ਹੋਣ ਕਰਕੇ ਇਸ ਚੀਜ਼ ਨੂੰ ਜਿੱਦਾਂ ਚੰਦਰਮਾ ਦੀ ਸ਼ੇਪ ਬਣੀ ਹੋਈ ਆ, ਸੂਰਜ ਜਿਵੇਂ ਉਹਦੇ 'ਚ ਸੂਰਜ ਦੀ ਸ਼ੇਪ ਬਣੀ ਹੋਈ ਇਹਦੇ 'ਚ ਚੰਦਰਮਾ ਦੀ ਸ਼ੇਪ ਬਣੀ ਹੋਈ, ਉਹਦੇ ਕਰਕੇ ਇਹਨੂੰ ਜਿਹੜੀ ਆਪਾਂ ਚੰਦਰਵੰਸ਼ੀ ਸਵਾਰਡ ਕਹਿੰਦੇ ਹਾਂ। ਅਤੇ ਇੱਕ ਇਹਦੇ ਨਾਲ ਸਿਮਿਲਰ ਸਵਾਰਡ ਹੋਰ ਆਉਂਦੀ ਆ ਜਿਹਨੂੰ ਆਪਾਂ ਕਿ ਉਹਦੇ ਵੀ ਜਿਹੜਾ ਫੁੱਲ ਥੱਲੇ ਹੁੰਦਾ ਗੋਲ ਹੁੰਦਾ ਉਹਨੂੰ ਆਪਾਂ ਕਹਿੰਦੇ ਸਿੰਧੀ ਮੁੱਠਾ, ਸਿੰਧੀ ਤਲਵਾਰ ਸਿੰਧ ਦੇ ਇਲਾਕਿਆਂ ਦੀ ਬਣੀ ਹੋਈ। ਠੀਕ ਹੈ ਜੀ, ਇਹਦੇ 'ਚ ਵੀ ਜਦੋਂ ਤੁਸੀਂ ਗੋਲ ਦੇਖੋਗੇ ਥੱਲੇ ਉਹਦੀ ਗੋਲ ਹੀ ਹੋਊਗਾ। ਹੋ ਸਕਦਾ ਇਹ ਵੀ ਜਿਹੜੀਆਂ ਹੋਈਆਂ ਚੰਦਰਵੰਸ਼ੀ ਰਿਆਸਤਾਂ ਦੇ ਵਿੱਚ ਹੀ ਹੋਊਗੀਆਂ ਜਿਹੜੀਆਂ ਸਿੰਧ ਦੇ ਇਲਾਕਿਆਂ 'ਚ ਵੱਸਦੀਆਂ, ਬਟ ਇਸ ਤਰੀਕੇ ਦੇ ਮੁੱਠੇ ਨੂੰ ਸਿੰਧੀ ਮੁੱਠਾ ਕਹਿੰਦੇ ਆ। ਇਹਨੂੰ ਆਈਡੈਂਟੀਫਾਈ ਕਰਨ ਦੀ ਜਿਹੜੀ ਇੱਕ ਪਹਿਚਾਣ ਇਹ ਆ, ਜਿਹੜੀ ਆਹ ਸਾਈਡਿਜ਼ ਹੁੰਦੀਆਂ ਨਾ ਦੋ ਸਾਈਡਸ ਆ, ਇਹਦੇ ਵਿੱਚ ਤੁਹਾਡੇ ਮੁੱਠੇ ਦੀ ਜਿੱਥੇ ਪਕੜ ਹੁੰਦੀ ਆ ਇਹਦੇ ਵਿੱਚ ਨਾ ਯੂ ਕੈਨ ਸੀ ਲਾਈਨਸ ਪੈਟਰਨ, ਮਤਲਬ ਲਾਈਨਾਂ ਬਣੀਆਂ ਹੋਊਗੀਆਂ, ਇੱਦਾਂ ਤਿੰਨ ਜਾਂ ਦੋ ਹੈ ਨਾ ਲਾਈਨਾਂ ਬਣੀਆਂ ਹੋਊਗੀਆਂ ਗੋਲ 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 ਗੋਲ, ਉਹ ਹਮੇਸ਼ਾ ਸਿੰਧੀ ਮੁੱਠੇ ਦੀ ਪਹਿਚਾਣ ਆ। ਅਤੇ ਸਿੰਧੀ ਮੁੱਠੇ ਦੀ ਜਿਹੜੀ ਕੌਲੀ ਦੇ ਆਹ ਜਿਹੜੇ ਹੁੰਦੇ ਡਾਊਨਵਰਡਸ ਡਿੱਗਦੇ ਆ, ਜਿਹੜੇ ਕੌਲੀ ਦੇ ਆਪਣੇ ਹੁੰਦੇ ਨਾ ਜਿਵੇਂ ਸਿੱਧੀ ਹੁੰਦੀ ਆ ਇਹਦੇ ਥੱਲੇ ਨੂੰ ਡਿੱਗਦੇ ਹੁੰਦੇ ਆ, ਇਹ ਸਿੰਧੀ ਮੁੱਠੇ ਦੇ ਫਰਕ ਅਤੇ ਚੰਦਰਵੰਸ਼ੀ ਮੁੱਠੇ ਦਾ ਫਰਕ ਆ ਜਾਂਦਾ ਹੈ ਜੀ। ਉਹ ਤੋਂ ਬਾਅਦ 'ਚ ਇੱਕ ਆਹ ਫੁੱਲ ਹੁੰਦਾ ਜੀ ਇਸ ਤਰੀਕੇ ਦਾ, ਇਸ ਤਰੀਕੇ ਦੇ ਫੁੱਲ ਨੂੰ ਗੁਜਰਾਤ ਦੀ ਰਿਆਸਤ ਗੁਜਰਾਤੀ ਤਲਵਾਰ ਆਪਾਂ ਕਹਿੰਦੇ ਹਾਂ ਜੀ, ਗੁਜਰਾਤ ਦੇ ਰਿਆਸਤਾਂ ਦਾ ਜਿਹੜਾ ਫੁੱਲ ਆ ਜਿਹੜਾ ਇਹ ਉਪਜਿਆ ਇਹਨੂੰ ਗੁਜਰਾਤੀ ਕਹਿੰਦੇ। ਇੱਦਾਂ ਹੀ ਹੋਰ ਬਥੇਰੀਆਂ ਕਿਸਮਾਂ ਹੈਗੀਆਂ ਜੀ, ਜਿਵੇਂ ਮੁਗਲੀਆ ਤਲਵਾਰਾਂ ਹੁੰਦੀਆਂ ਆ, ਹੁਣ ਆਹ ਤਲਵਾਰ ਆ ਗਈ ਜੀ, ਇਹ ਤਲਵਾਰ ਦਾ ਫੁੱਲ ਦਾ ਤੁਸੀਂ ਡਿਜ਼ਾਇਨ ਜੇ ਧਿਆਨ ਨਾਲ ਦੇਖੋਗੇ ਇਹ MP ਸਾੜੀ ਆ, ਦੱਖਣ ਦੇ ਵਿੱਚ ਇੱਦਾਂ ਦੇ ਫੁੱਲ ਦੱਖਣ ਦੇ ਇਲਾਕੇ ਦੀ ਤਲਵਾਰ ਦੀ ਜਿਹੜੀ ਆ ਇਹ ਪਹਿਚਾਣ ਆ। ਇੱਕ ਹੋਰ ਚੀਜ਼ ਦੱਖਣ ਦੀ ਪਹਿਚਾਣ ਆ, ਆਹ ਵੀ ਦੱਖਣ ਦੀ ਪਹਿਚਾਣ ਆ, ਅਠੋਲਿਆਂ ਤੋਂ ਵੀ ਪਹਿਚਾਣ ਹੁੰਦੀ ਆ। ਅਤੇ ਹੁਣ ਮੈਂ ਗੱਲ ਕਰੂੰਗਾ
ਇਹ ਵੀ ਦੱਖਣ ਦਾ ਹੀ ਮੁੱਠਾ ਆ। ਹੁਣ ਮੈਂ ਗੱਲ ਕਰੂੰਗਾ ਪੰਜਾਬੀ ਤਲਵਾਰਾਂ ਦੇ ਉੱਤੇ। ਪੰਜਾਬੀ ਤਲਵਾਰਾਂ ਦਾ ਬਹੁਤ ਜਣਿਆਂ ਨੇ ਮੈਨੂੰ ਸਵਾਲ ਵੀ ਪੁੱਛਿਆ ਸੀ ਕਿ ਪੰਜਾਬੀ ਤਲਵਾਰ ਕੀ ਹੁੰਦੀ ਆ ਜਾਂ ਸਿੱਖ ਸਵਾਰਡ ਕੀ ਹੁੰਦੀ ਆ। ਜਿੱਦਾਂ ਆਪਾਂ ਦੇਖਦੇ ਹਾਂ ਕਿ ਬਹੁਤ ਅਲੱਗ ਅਲੱਗ ਤੁਹਾਨੂੰ ਰਿਆਸਤਾਂ ਦੀ ਮੈਂ ਦੱਸੀਆਂ ਵੀ ਕੋਈ ਦੱਖਣ ਦੀ ਆ, ਕੋਈ ਗੁਜਰਾਤ ਦੀ, ਕੋਈ ਸੂਰਜਵੰਸੀ, ਕੋਈ ਚੰਦਰਵੰਸੀ, ਕੋਈ ਮੁਗਲੀ ਆ। ਅਤੇ ਇੱਦਾਂ ਹੀ ਔਨ ਦਾ ਟਾਈਮ ਪੀਰੀਅਡ ਆਫ ਮਹਾਰਾਜਾ ਰਣਜੀਤ ਸਿੰਘ ਇਹ ਡਿਸਾਈਡਿਡ ਟੂ ਹੈ ਨਾ ਐਡ ਸਮਥਿੰਗ ਇਨ ਦਾ ਸਵਾਰਡਸ ਫਰੋਮ ਵਿੱਚ ਵੀ ਕੈਨ ਰੈਕੋਗਨਾਈਜ਼ ਦੈਟ ਇਟ ਬਿਲੋਂਗਸ ਟੂ ਅਵਰ ਸਿੱਖ ਸੋਲਜਰਸ, ਕਿ ਆਪਣੇ ਸਿੱਖਾਂ ਦੇ ਕੋਲ ਰਹੀ ਹੈ ਇਹ ਤਲਵਾਰ। ਅਤੇ ਉਸ ਚੀਜ਼ ਦੀ ਪਹਿਚਾਣ ਦੇ ਲਈ ਉਹਨਾਂ ਨੇ ਜਿਹੜੀ ਇੱਕ ਰਿਲੀਜੀਅਸ ਵੈਲਿਊ ਸੀਗੀ ਉਹਨੂੰ ਵੀ ਮੱਦੇਨਜ਼ਰ ਰੱਖਿਆ ਹੈ ਨਾ, ਵੀ ਕਿਸੇ ਦੀ ਰਿਲੀਜੀਅਸ ਵੈਲਿਊ ਨੂੰ ਸ਼ਾਸਤਰ ਦੇ ਨਾਲ ਛੇੜਛਾੜ ਕਰਕੇ ਉਹਨੂੰ ਬਦਲ ਕੇ ਕੁਛ ਜ਼ਿਆਦਾ ਖਰਾਬ ਉਹ ਨਾ ਕੀਤੀ ਜਾਵੇ, ਹਰਟ ਨਾ ਹੋਵੇ, ਹੈ ਨਾ। ਸੋ ਹੀ ਡਿਸਾਈਡਿਡ ਟੂ ਐਡਿਡ ਅ ਲਿਟਲ ਥਿੰਗ ਔਰ ਅ ਲਿਟਲ ਡਿਫਰੈਂਸ ਇਨ ਦਾ ਪੰਜਾਬੀ ਸਵਰਡ ਐਂਡ ਅ ਨੋਰਮਲ ਸਵਰਡ, ਹੈ ਨਾ। ਉਹ ਉਹਨਾਂ ਨੇ ਜਿਹੜਾ ਕੀਤਾ ਜਿਹੜਾ ਹੈ ਨਾ ਐਡ ਕੀਤਾ, ਕਿਉਂਕਿ ਫੌਜ ਦੇ ਵਿੱਚ ਬਹੁਤ ਸਾਰੇ ਜਿਹੜੇ ਸੀਗੇ, ਕੋਈ ਗੁਜਰਾਤ ਦੀਆਂ ਰਿਆਸਤਾਂ 'ਚੋਂ ਭਰਤੀ ਹੋਇਆ, ਕਿਸੇ ਦਾ ਪਿਛੋਕੜ ਛਤਰੀਆਂ ਨਾਲ ਬਿਲੋਂਗ ਕਰਦਾ ਸੀ ਚੰਦਰਵੰਸੀਆਂ ਨਾਲ, ਕਈ ਸੂਰਜਵੰਸੀਆਂ ਵਿੱਚੋਂ ਸੀਗੇ, ਕਈ ਦੱਖਣ ਤੋਂ ਆਏ ਸੀਗੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ 'ਚ ਭਰਤੀ ਹੋਈ, ਕੋਈ ਪੰਜਾਬ ਦੇ ਹੀ ਸੀਗੇ, ਇੱਦਾਂ ਹੀ ਬਹੁਤ ਸਾਰੀ ਫੌਜ ਅਲੱਗ ਅਲੱਗ ਵੀ ਭਰਤੀ ਹੋਈ ਸੀ। ਅਤੇ ਲਾਹੌਰ ਦੇ ਵਿੱਚ ਫਿਰ ਸਭ ਤੋਂ ਪਹਿਲਾਂ ਜਿਹੜਾ ਤੋਸ਼ਾਖਾਨਾ ਜਾਂ ਕਹੀਏ ਮੈਨੂਫੈਕਚਰਿੰਗ ਸਟਾਰਟ ਹੋਈ, ਅਤੇ ਉੱਥੇ ਹੀ ਬਣੀਆਂ ਜਿੰਨੀਆਂ ਵੀ ਤੁਹਾਨੂੰ ਅੱਜ ਦੇ ਟਾਈਮ ਦੇ ਵਿੱਚ ਪੰਜਾਬੀ ਤਲਵਾਰਾਂ ਦੇਖਣ ਨੂੰ ਮਿਲੂਗੀਆਂ, ਭਾਵੇਂ ਉਹ ਗਈਆਂ ਹੋਣ ਦੱਖਣ 'ਚ, ਭਾਵੇਂ ਉਹ ਬਾਹਰਲੇ ਦੇਸ਼ 'ਚ ਹੋਵੇ, ਭਾਵੇਂ ਉਹ ਕਿਤੇ ਪਹਾੜਾਂ 'ਚ ਹੋਵੇ, ਕਿਤੇ ਵੀ ਗਈਆਂ ਹੋਣ, ਸਾਰੀਆਂ ਦੀਆਂ ਸਾਰੀਆਂ ਤਲਵਾਰਾਂ ਦੀ ਜਿਹੜੀ ਮੈਨੂਫੈਕਚਰਿੰਗ ਆ ਉਸ ਟਾਈਮ ਦੇ ਵਿੱਚ, ਮਤਲਬ ਕਿ ਡਿਊਰਿੰਗ ਦਾ ਟਾਈਮ ਪੀਰੀਅਡ ਆਫ ਮਹਾਰਾਜਾ ਰਣਜੀਤ ਸਿੰਘ, ਲਾਹੌਰ ਦੇ ਵਿੱਚ ਹੋਈ, ਉਹਨਾਂ ਨੂੰ ਆਪਾਂ ਪੰਜਾਬੀ ਤਲਵਾਰਾਂ ਕਹਿੰਦੇ ਹਾਂ। ਅਤੇ ਉਹਦੀ ਪਹਿਚਾਣ ਕਿੱਥੋਂ ਹੁੰਦੀ ਸੀਗੀ, ਬਈ ਉਹ ਪੰਜਾਬੀ ਤਲਵਾਰਾਂ ਦੇ ਜਿਹੜੇ ਠੋਲੇ ਹੁੰਦੇ ਸੀਗੇ ਉਹਦੀ ਪਹਿਚਾਣ ਇਹ ਰੱਖੀ ਗਈ ਵੀ ਪੰਜਾਬੀ ਤਲਵਾਰਾਂ ਦੇ ਜਿਹੜੇ ਠੋਲੇ ਨੇ, ਠੋਲੇ ਆਪਾਂ ਕਹਿੰਦੇ ਇਹਨਾਂ ਨੂੰ, ਦੀਜ਼ ਆਰ ਕਾਲਡ ਖੁਇਲਿੰਗਸ ਇਨ ਇੰਗਲਿਸ਼, ਸੋ ਇਹਨੂੰ ਅਸੀਂ ਪੰਜਾਬੀ ਦੇ ਵਿੱਚ ਵੀ ਕਾਲ ਦਮ ਠੋਲੇ ਇਨ ਪੰਜਾਬੀ, ਆਹ ਜਿਹੜੀਆਂ ਚੀਜ਼ਾਂ ਹੁੰਦੀਆਂ ਕਿਰਪਾਨ ਦੇ ਠੋਲੇ ਜਿਹੜੇ ਆ ਇਹ ਹਮੇਸ਼ਾ ਅਪਵਰਡਸ ਹੋਊਗੇ, ਜਿਵੇਂ ਤੁਸੀਂ ਦੇਖ ਸਕਦੇ ਹੋ ਉੱਪਰ ਨੂੰ ਆ। ਕਈ ਫੌਜਾਂ ਇਹ ਵੀ ਕਹਿੰਦੀਆਂ ਵੀ ਠੋਲੇ ਨੀਚੇ ਨੂੰ ਹੁੰਦੇ ਆ, ਉਹ ਇਸ ਆਧਾਰ 'ਤੇ ਕਹਿੰਦੇ ਆ ਵੀ ਕਿਰਪਾਨ ਨੂੰ ਜਦੋਂ ਆਪਾਂ ਇੱਦਾਂ ਫੜਦੇ ਹਾਂ ਵੀ ਠੋਲੇ ਥੱਲੇ ਨੂੰ ਡਿੱਗਦੇ ਆ। ਕੋਈ ਡੈਫੀਨੇਸ਼ਨ ਅਲੱਗ ਅਲੱਗ ਆ ਪਰ ਇਹ 'ਚ ਕੋਈ ਹੈ ਨਹੀਂ। ਹਾਂਜੀ, ਟੈਕਨੀਕਲੀ ਜਦੋਂ ਆਪਾਂ ਕਿਰਪਾਨ ਨੂੰ ਫੜਦੇ ਹਾਂ ਤਾਂ ਅਸੀਂ ਇੱਦਾਂ ਉੱਤੇ ਨੂੰ ਹੀ ਫੜਦੇ ਹਾਂ, ਅਤੇ ਸ਼ਸਤਰ ਤਾਂ ਉੱਤੇ ਨੂੰ ਹੀ ਮੁੱਖ ਰਹਿੰਦਾ ਹਮੇਸ਼ਾ, ਜਿਹੜਾ ਇੱਕ ਸੀਧ ਮੰਨੀ ਜਾਂਦੀ, ਤਾਂ ਕਰਕੇ ਦਾਸ ਉਹਨੂੰ ਕਹਿੰਦਾ ਠੋਲੇ ਉੱਤੇ ਨੂੰ ਹੁੰਦੇ ਆ। ਪੰਜਾਬੀ ਤਲਵਾਰਾਂ ਦੀ ਪਹਿਚਾਣ ਇਹ ਆ। ਜਿਵੇਂ ਹੁਣ ਆਹ ਤੁਸੀਂ ਦੇਖ ਸਕਦੇ ਹੋ ਇਹ ਮੁੱਠਾ ਸੇਮ ਆ, ਇਹਨਾਂ ਨੂੰ ਆਪਾਂ ਕਹਿੰਦੇ ਚਪਟੇ ਠੋਲਿਆਂ ਵਾਲੇ ਮੁੱਠੇ, ਹੈ ਨਾ, ਵੀ ਬਿਕੋਜ਼ ਆਫ ਦੀਜ਼ ਆਰ ਪਲੇਨਸ, ਦੈਟਸ ਵਾਈ ਦੀਜ਼ ਆਰ ਕਾਲਡ ਚਪਟੇ ਠੋਲੇ। ਅਤੇ ਜਿਵੇਂ ਆਹ ਗੋਲੇ ਨੇ, ਇਹਨਾਂ ਨੂੰ ਕਹਿੰਦੇ ਆਪਾਂ ਗੋਲ ਠੋਲਿਆਂ ਵਾਲੇ ਮੁੱਠੇ, ਠੀਕ ਆ ਜੀ, ਬਿਕੋਜ਼ ਦੇ ਆਰ ਇਨ ਵਾਊਂਡ ਸਰਕੂਲਰ। ਅਤੇ ਇਸ ਗੱਲ ਕਰਕੇ ਇਹ ਇਹਦੀ ਪਹਿਚਾਣ। ਹੁਣ ਤੁਸੀਂ ਇਸ ਮੁੱਠੇ 'ਚ ਦੇਖ ਸਕਦੇ ਹੋ ਅਤੇ ਇਸ ਮੁੱਠੇ 'ਚ ਦੇਖ ਸਕਦੇ ਹੋ, ਜਿਹੜੇ ਇਸ ਮੁੱਠੇ ਦੇ ਠੋਲੇ ਨੇ ਇਹ ਵੀ ਦੱਖਣ ਦੀ ਤਲਵਾਰ ਆ, ਪਰ ਇਸ ਮੁੱਠੇ ਦੇ ਠੋਲੇ ਜਿਹੜੇ ਨੇ ਉਹ ਸਿੱਧੇ ਨੇ, ਬਰਾਬਰ ਨੇ, ਲੈਵਲਡ ਨੇ, ਇਹ ਮਤਲਬ ਟਿਪੀਕਲ ਦੱਖਣ ਦੇ ਲੋਕਾਂ ਦੀ ਪ੍ਰੋਪਰ ਤਲਵਾਰ ਆ। ਅਤੇ ਜੇ ਕੋਈ ਇੱਦਾਂ ਦੇ ਮੁੱਠਿਆਂ 'ਚ ਵੀ ਤੁਹਾਨੂੰ ਦਿਖੂਗੀ, ਉਹਨਾਂ ਦੇ ਵਿਠੋਲੇ ਹਲਕੇ ਜੇ ਉੱਪਰ ਨੂੰ ਹੋਊਗੇ ਤਾਂ ਉਹ ਪੰਜਾਬੀ ਤਲਵਾਰ ਮੰਨੀ ਜਾਊਗੀ। ਅਲੱਗ ਅਲੱਗ ਰਿਆਸਤਾਂ ਦੇ ਅਲੱਗ ਅਲੱਗ ਲੋਕਾਂ ਨੇ ਕਸਟਮਾਈਜ਼ ਕਰ ਦਿੱਤੀ, ਜਿਵੇਂ ਮੈਂ ਦੱਸਿਆ ਕੋਈ ਚੰਦਰਵੰਸ਼ੀਆਂ ਨੂੰ ਬਿਲੋਂਗ ਕਰਦਾ ਸੀਗਾ, ਉਸੇ ਤਰੀਕੇ ਨਾਲ ਜਿਵੇਂ ਹੁਣ ਇਹ ਗੁਜਰਾਤ ਦੇ ਇਲਾਕਿਆਂ ਦੀ ਬਣੀ ਗਈ ਆ, ਗੁਜਰਾਤੀ ਰਿਆਸਤ ਦੀ ਆ, ਕੋਈ ਉੱਧਰ ਦੀ ਰਿਆਸਤ ਦਾ ਹੋਊਗਾ ਚਪਟੇ ਠੋਲਿਆਂ ਦਾ, ਠੀਕ ਆ ਜੀ, ਇਹ ਪੰਜਾਬੀ ਮੁੱਠਾ। ਫਿਰ ਇਹਦੇ ਹੀ ਸਿਮਲਰ ਇੱਕ ਮੇਰੇ ਕੋਲ ਜਿਹੜਾ ਮੈਂ ਤੁਹਾਨੂੰ ਚੰਦਰਵੰਸ਼ੀ ਸ਼ਸਤਰ ਦਿਖਾਇਆ ਸੀਗਾ, ਇਹਦੇ ਵੀ ਠੋਲੇ ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਅਪਵਰਡਸ ਆ। ਚੰਦਰਵੰਸ਼ੀ ਤੁਸੀਂ ਮੁੱਠੇ ਨੋਰਮਲ ਵੀ ਦੇਖੋਗੇ ਤਾਂ ਉਹ ਬਰਾਬਰ ਹੁੰਦੇ, ਪਲੇਨ ਹੁੰਦੇ, ਲੈਵਲ ਦੇ ਹੁੰਦੇ, ਪਰ ਇਹਦੇ ਅਪਵਰਡਸ ਆ। ਇਹ ਚੰਦਰਵੰਸ਼ੀ ਕਿਸੇ ਕੋਈ ਸਿੱਖ ਹੋਊਗਾ ਜਿਹੜਾ ਚੰਦਰਵੰਸ਼ੀਆਂ ਦੇ ਖਾਨਦਾਨ ਵਿੱਚੋਂ ਹੋ ਸਕਦਾ ਵੀ ਹੋਇਆ ਸੀਗਾ, ਅਤੇ ਉਹਨੇ ਪਰ ਜਿਹੜੀ ਪਹਿਚਾਣ ਰੱਖਣ ਦੇ ਲਈ ਵੀ ਕਿ ਹਾਂ ਅਸੀਂ ਮਹਾਰਾਜ ਦੇ ਘਰ ਦੇ ਸਿੱਖ ਹਾਂ ਜਾਂ ਅਸੀਂ ਗੁਰੂ ਘਰ ਦੀ ਫੌਜ ਦੇ ਭਰਤੀ ਹੋਏ ਹਾਂ, ਉਸ ਨੇ ਆਪਣੇ ਠੋਲਿਆਂ ਨੂੰ ਜਿਹੜਾ ਮੋਡੀਫਾਈ ਕਰਕੇ ਉੱਤੇ ਨੂੰ ਕਰਾ ਲਿਆ, ਅਤੇ ਇਹ ਜਿਹੜੀ ਹੈ ਇੱਕ ਪੰਜਾਬੀ ਤਲਵਾਰ 'ਚ ਚੇਂਜ ਹੋ ਜਾਂਦੀ ਹੈ। ਪੰਜਾਬੀ ਤਲਵਾਰ ਦੀ ਜਿਹੜੀ ਪਹਿਚਾਣ ਆ ਉਹ ਹਮੇਸ਼ਾ ਉਹਦੇ ਠੋਲਿਆਂ ਤੋਂ ਹੀ ਹੋਊਗੀ, ਫਰੋਮ ਖੁਇਲਿੰਗਸ, ਹੈ ਨਾ, ਫਰੋਮ ਦੇ ਯੂ ਕੈਨ ਆਈਡੈਂਟੀਫਾਈ ਅ ਸਵਰਡ ਦੈਟ ਈਦਰ ਇਟ ਇਜ਼ ਅ ਪੰਜਾਬੀ ਸਵਰਡ ਔਰ ਈਦਰ ਇਟ ਇਜ਼ ਅ ਨੋਰਮਲ ਰਿਆਸਤ ਸਵਰਡ। ਸੋ ਇਹ ਇੱਕ ਬੇਸਿਕ ਡਿਫਰੈਂਸ ਅਤੇ ਛੋਟਾ ਜਿਹਾ ਡਿਫਰੈਂਸ ਜਿਹੜਾ ਪੰਜਾਬੀ ਤਲਵਾਰ ਅਤੇ ਅਲੱਗ ਅਲੱਗ ਰਿਆਸਤਾਂ ਦੀਆਂ ਤਲਵਾਰਾਂ ਨੂੰ ਅਸੀਂ ਕਿਵੇਂ ਪਹਿਚਾਣ ਸਕਦੇ ਹਾਂ ਉਹ ਚੀਜ਼ ਹੁੰਦੀ ਆ। ਬਾਕੀ ਇਹਨਾਂ ਦੀਆਂ ਹੋਰ ਵੀ ਬਹੁਤ ਸਟੱਡੀਜ਼ ਹੁੰਦੀਆਂ, ਚਪਟੇ ਠੋਲੇ ਵਾਲੀਆਂ ਕਿਰਪਾਨਾਂ ਸਾਨੂੰ ਪੰਜਾਬੀ ਮਿਲ ਜਾਂਦੀਆਂ, ਪਰ ਗੋਲ ਠੋਲੇ ਵਾਲੀਆਂ ਪੰਜਾਬੀ ਕਿਰਪਾਨਾਂ ਇੱਕ ਬੇਸਿਕ ਪ੍ਰੋਪਰ ਡਿਜ਼ਾਇਨ ਦੀ, ਹੁਣ ਦਾਸ ਕੋਹਲੇ ਹੈ ਨਹੀਂ, ਬਹੁਤ ਪਹਿਲਾਂ ਸੀਗੀ, ਅਤੇ ਉਹ ਬਹੁਤ ਔਖੀ ਮਿਲਦੀਆਂ ਆ। ਸੋ
ਇਹ ਤੁਸੀਂ ਵਾਰਾਂ ਜਿਹੜੀਆਂ ਪੰਜਾਬੀ ਰਿਆਸਤ ਦੀਆਂ ਸੀਗੀਆਂ ਜਾਂ ਆਪਾਂ ਕਹੀਏ ਪੰਜਾਬ ਦੇ ਰਿਆਸਤ ਦੀਆਂ ਸੀਗੀਆਂ ਸਿਕਸ ਵਾਰ ਸੀਗੀਆਂ ਇਹ ਅਸੀਂ ਅੱਜ ਦੇ ਟਾਈਮ ਦੇ ਵਿੱਚ ਇਨ ਇੰਗਲੈਂਡ ਮਿਊਜ਼ੀਅਮ ਵੀ ਕੈਨ ਈਜ਼ੀਲੀ ਵੀ ਸੀ ਦਮ ਉੱਥੇ ਸਾਨੂੰ ਦੇਖਣ ਨੂੰ ਮਿਲ ਜੂਗੀਆਂ ਸੋ ਦਿਸ ਇਜ਼ ਅ ਬੇਸਿਕ ਡਿਫਰੈਂਸ ਬਿਟਵੀਨ ਦਾ ਸਵਾਰਡ ਔਰ ਅ ਪੰਜਾਬੀ ਸਵਾਰਡ ਟੂ ਹਾਊ ਔਰ ਹਾਊ ਟੂ ਆਈਡੈਂਟੀਫਾਈ ਇਟ ਸੋ ਅਗਰ ਚੰਗਾ ਲੱਗਿਆ ਹੋਵੇ ਤਾਂ ਸਾਨੂੰ ਤਾਂ ਚੜ੍ਹਦੀ ਕਲਾ ਬਾਕੀ ਮਹਾਰਾਜ ਸਾਹਿਬ ਨੂੰ ਚੜ੍ਹਦੀ ਕਲਾ ਰੱਖੀਏ ਜੀ ਤਿਆਰ ਬਰ ਤਿਆਰ ਰਹੋ ਬਾਣੀ ਬਾਣੀ 'ਚ ਚੜ੍ਹਦੀ ਕਲਾ ਵਿੱਚ ਜੀਵਨ ਵਿੱਚ ਰਹੋ ਸਭ ਦੇ ਮਹਾਰਾਜ ਦਇਆ ਰੱਖੇ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।